नशा खिलाफ चलाई मुहिम च अज बठिंडा पुलिस नूं वड्डी सफलता मिली है। एसटीएफ वल्लों दो इहजे आरोपी गिरफ्तार कीते ने जिन्हां कोलों 5 किलो अफीम बरामद हुई है। यह 5 किलो अफीम झारखंड तों लैके आ रही सी। सूचना दे आधार ते पुलिस वल्लों इन्हां नूं गिरफ्तार कर लिया गया ते अज डीआईजी अजय मनुजा ने खुद प्रैस कॉन्फ्रेंस करके तमाम जानकारी इस केस दी कि किस तरह फड़िया कित्थों लैके आए सीगे। एसएससी लैके आए सी जी? हां जी हां जी बिल्कुल। ਬਠਿੰਡਾ ਰੇਂਜ ਨੂੰ ਕੱਲ ਇੱਕ ਬੜੀ ਵੱਡੀ ਕਾਮਯਾਬੀ ਮਿਲੀ। ਦੋ ਬੰਦੇ ਰਹਿਣ ਵਾਲੇ ਤਾਂ ਝਾਰਖੰਡ ਦੇ, ਇੱਕ ਤਾਂ ਝਾਰਖੰਡ ਤੋਂ ਹੀ ਆਇਆ, ਇੱਕ ਉਹਦਾ ਭਰਾ ਜਿਹੜਾ ਇੱਥੇ, ਉਹਦਾ ਨਾਮ ਹੈਗਾ ਰਵਿੰਦਰ ਪਾਸਵਾਨ, ਉਹ ਇੱਥੇ ਢਾਬੇ 'ਤੇ ਕੰਮ ਕਰਦਾ, ਜੱਸੀ ਬਾਗਲ। ਇੱਕ ਜਿਹੜਾ ਉਹਦਾ ਭਰਾ ਆ ਬਾਬੂ ਕੁਮਾਰ, ਦੋਨੋਂ ਦੋਸ਼ੀ ਹੈ। ਇਹ ਬਾਬੂ ਕੁਮਾਰ ਜਿਹੜਾ ਝਾਰਖੰਡ ਤੋਂ ਆਇਆ ਅਤੇ ਇਹ 5 ਕਿਲੋ ਓਪੀਅਮ ਅਫੀਮ ਝਾਰਖੰਡ ਤੋਂ ਲੈ ਕੇ ਆਇਆ ਸੀ ਅਤੇ ਸਾਡੇ ਜਿਹੜੀ ਮੁਕਤਸਰ ਦੀ ਟੀਮ ਹੈ, ਐਸ ਟੀ ਐਫ ਡੀ ਮੁਕਤਸਰ ਦੀ ਟੀਮ, ਉਹਨਾਂ ਨੇ ਇਹਨੂੰ ਪਸ਼ੂ ਹਸਪਤਾਲ ਮੰਡੀ ਕਿਲਿਆਂ ਵਾਲੀ ਕੋਲੇ ਕਾਬੂ ਕੀਤਾ ਦੋਵਾਂ ਨੂੰ। ਇਹ ਇੱਕ ਸਕੂਟੀ 'ਤੇ ਹੈਗੇ ਸੀ ਅਤੇ ਇਹਨਾਂ ਕੋਲੋਂ 5 ਕਿਲੋ ਅਫੀਮ ਇੱਕ ਕੈਨੀ ਪਲਾਸਟਿਕ ਦੀ ਉਹਦੇ ਵਿੱਚੋਂ ਮਿਲੀ ਹੈ। ਇਹ ਦੋਵਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦਾ ਰਿਮਾਂਡ ਵੀ ਅਸੀਂ ਇੱਕ ਦਿਨ ਦਾ ਹਾਸਲ ਕੀਤਾ ਹੈ। ਇਹਨਾਂ ਤੋਂ ਪੁੱਛ ਗਿੱਛ ਮਤਲਬ ਡਿਟੇਲ 'ਚ ਹੋ ਰਹੀ ਹੈ ਅਤੇ ਅਗਾਂਹ ਜਿਹੜੇ ਇਹਨਾਂ ਦੇ ਬੈਕਵਰਡ ਜਾਂ ਫਾਰਵਰਡ ਲਿੰਕ ਦਾ ਉਹ ਤੁਹਾਨੂੰ ਸਾਰੇ ਦੱਸਾਂਗੇ। ਦੋ ਬੰਦੇ ਅਸੀਂ, ਦੋਨੋਂ ਇਹ ਸਗੇ ਭਰਾ ਆ। ਇਹ ਜਿਹੜੀ ਅਫੀਮ ਲੈ ਕੇ ਆਇਆ ਝਾਰਖੰਡ ਤੋਂ ਲੈ ਕੇ ਆਇਆ ਜਿਹੜਾ ਬਾਬੂ ਕੁਮਾਰ, ਅਤੇ ਜਿਹੜਾ ਵਿਨੋਦ ਰਵਿੰਦਰ ਪਾਸਵਾਨ ਹੈ ਇਹ ਇੱਥੇ ਢਾਬੇ 'ਤੇ ਕੰਮ ਕਰਦਾ। ਇਹਨੇ ਮਤਲਬ ਉਹਨੂੰ ਬੁਲਾਇਆ ਸੀ ਵੀ ਉੱਥੋਂ ਲੈ ਕੇ ਆ ਅਫੀਮ, ਅਤੇ ਇਹ 5 ਕਿਲੋ ਅਸੀਂ ਬਰਾਮਦ ਕੀਤੀ ਹੈ। ਜਿਹੜਾ ਇਹ ਰਵਿੰਦਰ ਪਾਸਵਾਨ ਹੈ ਇਹ ਪਹਿਲਾਂ ਡੱਬ ਵਾਲੀ ਰੇਹੜੀ ਲਾਉਂਦਾ ਸੀ, ਉਸ ਬਾਅਦ ਫਿਰ ਇਹ ਢਾਬੇ 'ਤੇ ਜੱਸੀ ਬਾਗ ਵਾਲੀ ਕੰਮ ਕਰਨ ਲੱਗ ਪਿਆ, ਅਤੇ ਇਹ ਅਸੀਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਦੇ 'ਤੇ ਇੱਕ 10 ਕਿਲੋ ਅਫੀਮ ਦਾ 10 ਕਿਲੋ ਭੁੱਕੀ ਦਾ ਪਰਚਾ ਵੀ ਦਰਜ ਹੈ ਪਹਿਲਾਂ ਡੱਬਾਲੀ ਦੇ ਵਿੱਚ। ਉਹ ਸਾਰੀ ਡਿਟੇਲ ਅਸੀਂ ਇਹਦੀ ਕੱਢ ਰਹੇ ਹਾਂ ਅਤੇ ਜਿਹੜਾ ਇਹਨਾਂ ਦਾ ਪੁਰਾਣਾ ਰਿਕਾਰਡ ਹੈ ਜਾਂ ਇਹਨਾਂ ਦੇ ਸਾਥੀ ਹੈ ਉਹ ਸਾਰਿਆਂ ਨੂੰ ਵੀ ਕਾਬੂ ਕਰਾਂਗੇ ਜਲਦੀ। ਇਹ ਹੁਣ ਤੱਕ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ, ਹੁਣ ਤੱਕ ਇਹ ਲੈ ਕੇ ਆਏ ਸੀ ਅਤੇ ਅਗਾਂਹ ਇਹਨਾਂ ਨੇ ਵੰਡਣੀ ਆ ਸਾਰੇ, ਮਤਲਬ ਅਫੀਮ ਹੈਗੀ ਆ, ਮਤਲਬ ਹਾਂ ਅਫੀਮ ਹੈ, ਮਤਲਬ ਪਿਓਰ ਅਫੀਮ ਹੈ ਇਹ। ਮਤਲਬ ਉੱਧਰੋਂ 80,000 ਰੁਪਏ ਕਿਲੋ ਦੇ ਹਿਸਾਬ ਨਾਲ ਲੈ ਕੇ ਆਉਂਦੇ ਸੀ, ਅਗਾਂਹ ਇਹਨਾਂ ਨੇ 1.5 ਲੱਖ ਦੇ ਹਿਸਾਬ ਨਾਲ ਕਿਲੋ ਨਾਲ ਵੇਚ ਲਈ। ਇਹਦੇ 'ਤੇ ਪਹਿਲਾਂ ਪਰਚਾ ਇੱਕ ਦਰਜ ਹੈ ਤੁਹਾਨੂੰ ਦੱਸਿਆ, ਜਿਹੜਾ ਰਵਿੰਦਰ ਪਾਸਵਾਨ ਜਿਹੜਾ ਇੱਥੇ ਢਾਬੇ 'ਤੇ ਕੰਮ ਕਰਦਾ ਹੈ ਉਹਦੇ 'ਤੇ 10 ਕਿਲੋ ਭੁੱਕੀ ਦਾ ਮੁਕੱਦਮਾ ਦਰਜ ਹੈ, ਠੀਕ ਹੈ। ਬਾਕੀ ਇਹਨਾਂ ਦਾ ਸਾਰਾ ਰਿਕਾਰਡ ਅਸੀਂ ਦੇਖ ਰਹੇ ਹਾਂ, ਕ੍ਰਿਮੀਨਲ ਰਿਕਾਰਡ ਦੋਵੇਂ ਭਰਾਵਾਂ ਦਾ ਕੀ ਹੈ ਅਤੇ ਕਿੱਥੋਂ ਲੈ ਗਏ ਆ, ਕਿਹਨਾਂ ਨੂੰ ਦੇਣੀ ਸੀ, ਉਹ ਸਾਰੀ ਅਸੀਂ ਦੇਖਾਂਗੇ ਸਾਰਾ ਕਿਹੜੇ ਕਿਹੜੇ ਹੈਗੇ ਆ ਉਹ। ਅੱਛਾ ਡੀਆਈਜੀ ਸਾਹਿਬ, ਨੋਰਮਲ ਜਿਹੜੀ ਫੀਮ ਹੈ, ਫੀਮ ਦੇ ਜਿਹੜੇ ਕੰਜ਼ਿਊਮਰ ਨੇ ਜਾਂ ਪੋਲੀਟੀਸ਼ੀਅਨ ਨੇ, ਵੱਡੇ ਬੰਦੇ ਨੇ, ਸਰਦਾਰ ਬੰਦੇ ਆ, ਲੈਂਡਲੋਰਡ ਬੰਦੇ ਹੁੰਦੇ ਨੇ, ਪ੍ਰੋਮੀਨੈਂਟ ਪੁਲਿਸ ਅਫਸਰ ਵੀ ਹੈਗੇ ਆ, ਇਹ ਤਫਤੀਸ਼ ਦੇ ਵਿੱਚ ਦੇਖਿਆ ਜਾਊਗਾ ਸਾਰਾ ਕੁਝ, ਠੀਕ ਹੈ। ਸਰ ਮਾਮਲਾ ਦਰਜ ਕਿੱਥੇ ਕਰਵਾਇਆ, ਕਿੱਥੋਂ ਲੈ ਕੇ ਆਏ ਆ, ਕਿਹਨਾਂ ਨੂੰ ਸਪਲਾਈ ਕਰਨੀ ਆ, ਉਹ ਸਾਰਾ ਅਸੀਂ ਤਫਤੀਸ਼ ਦੇ ਦੌਰਾਨ। ਮਾਮਲਾ ਕਿੱਥੇ ਦਰਜ ਕਰਵਾਇਆ ਗਿਆ? ਇਹ ਮਾਮਲਾ ਸਾਡਾ ਜਿਹੜਾ ਐਸਟੀਐਫ ਦਾ ਪੁਲਿਸ ਸਟੇਸ਼ਨ ਹੈ ਮੋਹਾਲੀ ਵਿਖੇ ਹੈ, ਕਿਉਂਕਿ ਸਾਡਾ ਪੂਰਾ ਐਸਟੀਐਫ ਦਾ ਜਿਹੜਾ ਜੁਡੀਸ਼ਨ ਹੈ ਪੂਰਾ ਪੰਜਾਬ ਹੈ, ਅਸੀਂ ਫੇਜ਼ 4 ਮੋਹਾਲੀ ਅਸੀਂ ਪਰਚਾ ਦਰਜ ਕਰਾਇਆ। ਕਾਫੀ ਹੈਗੀ ਹੈ, ਅਸੀਂ ਇਸ ਲਈ ਇੱਧਰ ਬੜੇ ਹਰਿਆਣਾ ਰਾਜਸਥਾਨ ਦੇ ਜਿਹੜੇ ਬਾਰਡਰ ਤੇ ਪੂਰੀ ਮਤਲਬ ਆਪਣੇ ਨਾਕੇ ਵਗੈਰਾ ਗਸ਼ਤ ਵਗੈਰਾ ਰੁਟੀਨ ਕਰਦੇ ਰਹੇ। ਚਿੱਟਾ ਹੈਰੋਇਨ ਹੈ ਖਾਸ ਕਰਕੇ, ਉਹ ਗੁਜਰਾਤ ਦੇ ਬੰਦਰਗਾਹਾਂ ਦੇ ਉੱਤੇ ਲੈਣੀ ਸ਼ੁਰੂ ਹੋ ਗਈ ਹੈ, ਅਤੇ ਜਿਹੜਾ ਰੂਟ ਵੀ ਜਿਹੜਾ ਹੈਗਾ ਹੁਣ ਪੰਜਾਬ ਦੇ ਵਿੱਚ ਸਰਵੀਲੈਂਸ ਵਧਣ ਕਰਕੇ ਜ਼ਿਆਦਾ ਰਾਜ ਕ੍ਰੋਸ ਬਾਰਡਰ ਜਿਹੜੀ ਆ ਰਹੀ ਹੈ ਇਹ, ਜਾਂ ਤਾਂ ਗੁਜਰਾਤ ਬਾਰਡਰ ਤੋਂ ਆ ਰਹੀ ਹੈ, ਗੁਜਰਾਤ ਤੋਂ ਪੰਜਾਬ ਐਂਟਰ ਹੋ ਰਹੀ ਹੈ। ਇਹ ਚਲੋ ਹੁਣ ਜਿਹੜਾ ਆਪਣੀ ਬਰਾਮਦਗੀ ਇਹ ਤਾਂ ਅਫੀਮ ਤੱਕ ਵੀ ਹੈ, ਫਿਰ ਉਹਦੀ ਗੱਲ ਜਿਹੜੀ ਬਾਰਡਰ ਆਪਣਾ ਫਾਜ਼ਿਲਕਾ ਫਿਰੋਜ਼ਪੁਰ ਜਿਹੜਾ ਬਾਰਡਰ ਹੈ, ਇੱਧਰ ਮੈਂ ਵੀ ਸਰਵਿਸ ਕੀਤੀ ਹੈ, ਇੱਧਰ ਵੀ ਕਾਫੀ ਵੱਡੀਆਂ ਰਿਕਵਰੀਆਂ ਹੁੰਦੀਆਂ ਹੈ। ਬਾਕੀ ਜਿਹੜੀ ਤੁਸੀਂ ਗੱਲ ਦੱਸੀ ਹੈ ਇਹ ਰੂਟ ਸਾਰਾ ਡਿਟੇਲ ਚ ਆਪਾਂ ਦੇਖ ਲਾਂਗੇ। ਸਰ ਅੱਗੇ ਜ਼ਿਆਦਾਤਰ ਫੀਮ ਦਾ ਜਿਹੜਾ ਰੂਟ ਸੀਗਾ ਉਹ ਰਾਜਸਥਾਨ ਦਾ ਹੁੰਦਾ ਸੀ, ਪਰ ਹੁਣ ਲਗਾਤਾਰ ਦੇਖੀਏ ਪਿਛਲੇ ਜਿਹੜੇ ਜਿੰਨੇ ਮਾਮਲੇ ਸਨ ਜ਼ਿਆਦਾਤਰ ਝਾਰਖੰਡ ਤੋਂ, ਕਾਰਨ ਕੀ ਹੈ ਵੀ ਝਾਰਖੰਡ ਦੀ ਜੋ ਫੀਮ ਲੱਗਣ ਵਾਲੀ ਹੈ? ਇਹ ਸਾਰਾ ਅਸੀਂ ਨਾ ਸਟੱਡੀ ਕਰ ਰਹੇ ਹਾਂ, ਪਿੱਛੇ ਜੇ 1 ਕਿਲੋ ਪਹਿਲਾਂ ਵੀ ਇਹਨਾਂ ਨੇ ਸਾਡੇ ਫਰੀਦਕੋਟ ਇੱਕ ਸਪੈਸ਼ਲ ਸਟਾਫ ਹੈਗਾ ਸਾਡੇ ਆਈ ਜੀ ਪ੍ਰਦੀਪ ਕੁਮਾਰ ਯਾਦਵ ਜੀ ਨੇ ਦੱਸਿਆ ਵੀ ਉਹ ਮੁਕਤਸਰ 'ਚ ਬੰਦਾ ਹੋਰ ਵੀ ਫੜਿਆ, ਉਹ ਵੀ ਝਾਰਖੰਡ ਤੋਂ ਲੈ ਕੇ ਆਇਆ। ਅਸੀਂ ਇਹ ਦੇਖ ਰਹੇ ਹਾਂ ਵੀ ਉੱਧਰੋਂ, ਕਿਉਂਕਿ ਪਹਿਲਾਂ ਰਾਜਸਥਾਨ ਵਗੈਰਾ ਤਾਂ ਖੇਤੀ ਹੁੰਦੀ ਹੈ,
ਉੱਥੋਂ ਦਾ ਅਫੀਮ ਆਣੀ ਵਾਜਬ ਸੀ ਇਹ ਝਾਰਖੰਡ ਦਾ ਵੀ ਦੇਖਦੇ ਆ ਕੀ ਨੈਕਸਸ ਦਾ ਕਿਵੇਂ ਉਧਰੋਂ ਜ਼ਿਆਦਾ ਆ ਰਹੀ ਹੈ ਝਾਰਖੰਡ ਇਲੀਗਲ ਤਾਂ ਨਹੀਂ ਕਿਤੇ ਹੋਣੀ ਹਾਂ ਉਹ ਸਾਰਾ ਚੈੱਕ ਕਰਦੇ ਆ ਵੀ ਉਧਰ ਕਲਟੀਵੇਸ਼ਨ ਹੁੰਦੀ ਹੈ ਜਾਂ ਨਹੀਂ ਸਰ ਜਿਹੜੇ ਤੁਸੀਂ ਪੜਿਆ ਹੈ ਨਸ਼ਾ ਦੱਸ ਕਰ ਇਹ ਖੁਦ ਟੀਮ ਖਾਂਦੇ ਸੀ ਕਿ ਪੈਸੇ ਦਾ ਕੋਈ ਲਾਲਚ ਸੀ ਵੀ ਅਸੀਂ ਅਮੀਰ ਬਣ ਜੇ ਵਿੱਚ ਨਹੀਂ ਨਹੀਂ ਇਹ ਵੇਚਣ ਦਾ ਜਿਹੜੀ ਐਡੀ ਵੱਡੀ ਕੁਆਂਟੀਟੀ ਜਿਹੜੀ ਇਹ ਟੀਮ ਆਈ ਹੈ ਇਹ ਵੇਚਣ ਦੇ ਮਕਸਦ ਨਾਲ ਹੀ ਆਈ ਆਈਜੀ ਸਾਹਿਬ ਤੁਸੀਂ ਜੁਆਇਨ ਕੀਤਾ ਹੈਗਾ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਪੂਰਾ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਸਪੈਸ਼ਲ ਡੀਜੀਪੀ ਐਸਪੀਐਫ ਇਹਨਾਂ ਦੀ ਹਦਾਇਤ ਹੈ ਕਿ ਪੂਰੀ ਸਖਤੀ ਨਾਲ ਇਹ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਆ ਜਿਹੜੇ ਵੱਡੇ ਸਪਲਾਇਰ ਹੈ ਇਹਨਾਂ ਤੇ ਪੂਰੀ ਨੱਥ ਪਾਈ ਜਾਓ ਸਾਡੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਈਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।